ਕੁਮਾਰ ਹੈਗਾ ਆੜਤੀਆ ਸਨ ਆਫ ਪ੍ਰੇਮ ਖੇਮ ਕਰਨ ਦਾ, ਉਹਨੂੰ 18 ਤਰੀਕ ਨੂੰ ਪਿਛਲੀ ਨੂੰ ਆਈ ਸੀਗੀ ਜਿਹੜੀ ਫਿਰੌਤੀ ਦੀ, ਔਰ ਉਹ ਰਿਲੈਕਟੈਂਟ ਸੀਗਾ ਪਰਚਾ ਦਰਜ ਕਰਾਉਣ 'ਚ, ਬਟ ਅਸੀਂ ਲੱਗੇ ਹੋਏ ਸੀਗੇ ਨੰਬਰ ਨੂੰਬਰ ਲੈ ਕੇ ਜਦੋਂ ਟਰੈਕ ਕੀਤਾ ਜਾਂ ਵੀ ਕੌਣ ਹੋ ਸਕਦਾ, ਤਾਂ ਉਹਦੇ 'ਚ ਕਾਫੀ ਜਿਹੜੀ ਆ ਸਾਨੂੰ ਕੱਲ੍ਹ ਉਹ ਪਰਸੋਂ ਉਹਦੇ 'ਚ ਕੇਸ ਰਜਿਸਟਰ ਪਰਸੂਏਡ ਕਰਕੇ ਕੀਤਾ ਕਿ ਤੁਸੀਂ ਕੇਸ ਤਾਂ ਜ਼ਰੂਰ ਰਜਿਸਟਰ ਕਰਾਓ, ਕਿ ਯਾਰੀ ਉਹਨਾਂ ਨੂੰ ਡਰ ਸੀਗਾ ਵੀ ਮੇਰਾ ਨੁਕਸਾਨ ਹੋ ਜੂਗਾ, ਜ਼ਿਆਦਾ ਤੌਰ 'ਤੇ ਪਤਾ ਲੱਗ ਜਾਏਗਾ, ਬਟ ਅਸੀਂ ਉਹਨਾਂ ਨੂੰ ਸਿਕਿਓਰ ਕਰ ਲਿਆ ਸੀ ਔਰ ਪਰਚਾ ਦਰਜ ਕਰਾ ਕੇ ਉਸ ਤੋਂ ਬਾਅਦ ਉਹਨਾਂ ਨੂੰ ਦੁਬਾਰਾ ਜਿਹੜੀ ਹੈ ਇੱਕ ਕਾਲ ਆਈ ਸੀਗੀ, ਤਾਂ ਟਾਈਮ ਫਿਕਸ ਕਰ ਲਿਆ ਗਿਆ ਸੀ ਕਿ ਤੁਸੀਂ ਦੱਸੋ ਵੀ ਪੈਸੇ ਕਿੱਥੇ ਲੈਣੇ ਆ, ਅਤੇ ਪੁੱਲ ਡਰੇਨ ਜਿਹੜਾ ਖੇਮ ਕਰਨ ਹੈਗਾ ਉੱਥੇ ਇਹਨਾਂ ਨੇ ਟਾਈਮ ਫਿਕਸ ਕੀਤਾ, ਅਤੇ ਜਿਹੜੀ ਪੁਲਿਸ ਪਾਰਟੀ ਵੀ ਸਾਡੀ ਉੱਥੇ ਨਾਲ ਸਿਵਲ 'ਚ ਮੌਜੂਦ ਸੀ, ਅਤੇ ਤਿੰਨ ਦੋਸ਼ੀ ਜਿਹੜੇ ਆਏ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ, ਔਰ ਜਦੋਂ ਇਹਨਾਂ ਦੀ ਪੁੱਛਗਿੱਛ ਕੀਤੀ ਗਈ ਔਰ ਕਲੀਅਰ ਹੋਇਆ, ਉਹਦੇ 'ਚੋਂ ਇਹ ਪਤਾ ਲੱਗਾ ਵੀ 15-16 ਸਾਲ ਤੋਂ ਇੱਕ ਪੰਕਜ ਨਾਂ ਦਾ ਵਿਅਕਤੀ ਇਹਨਾਂ ਕੋਲ ਪਹਿਲੇ ਮੁਨਸ਼ੀ ਦਾ ਕੰਮ ਕਰਦਾ ਸੀ ਆੜਤ 'ਤੇ, ਉਹਨਾਂ ਨੂੰ ਇਹਨੇ ਪਿਛਲੇ ਕੁਛ ਦਿਨਾਂ ਤੋਂ 3-4 ਸਾਲ ਤੋਂ ਕੱਢ ਦਿੱਤਾ ਹੋਇਆ ਸੀ, ਅਤੇ ਉਹ ਆਪਣੀ ਆੜਤ ਚਲਾਉਂਦਾ ਸੀ, ਤਾਂ ਉਹਨੇ ਆਪਣੀ ਆੜਤ 'ਤੇ ਜਿਹੜਾ ਮੁਨਸ਼ੀ ਰੱਖਿਆ ਹੋਇਆ ਸੀ ਸ਼ਮਸ਼ੇਰ ਸਿੰਘ ਏਲੀਅਸ ਸ਼ੇਰਾ, ਉਹਨੂੰ ਕਿਹਾ ਕਿ ਮੈਂ ਇਹਦੇ ਨਾਲ ਬਦਲਾ ਲੈਣਾ, ਇਹਦੇ ਕੋਲ ਆਪਾਂ ਫਰੌਤੀ ਦੀ ਮੰਗ ਕਰੀਏ, ਉਹਨੇ ਫਿਰ ਇਹਨੇ ਇੱਕ ਗੁਰਪ੍ਰੀਤ ਮੁੰਡਿਆਂ ਦਾ ਨਾਂ ਦੱਸਿਆ ਕਿ ਇਹ ਫੋਨ ਇਹਦੇ ਤੋਂ ਕਰਵਾਉਂਦੇ ਹਨ, ਅਤੇ ਇਹ ਤਿੰਨੋਂ ਇਕੱਠੇ ਬੈਠ ਕੇ ਜਿਹੜੇ ਫੋਨ ਇਹਨਾਂ ਨੇ 2 ਵਾਰ ਉਹਨੂੰ ਕੀਤੇ, ਔਰ ਇਸ 'ਚ ਜਿਹੜਾ ਉਹਦੇ ਤੋਂ ਫਰੌਤੀ ਕਰਦੇ ਕਰਦੇ ਸੌਦਾ ਕਰਦੇ 3-4 ਲੱਖ ਰੁਪਏ 'ਤੇ ਆ ਗਏ ਸੀ, 30 ਲੱਖ ਤੋਂ, ਇਹ ਤਿੰਨੋਂ ਜਿਹੜੇ ਆ ਪੁਲਿਸ ਦੇ ਹੱਥੇ ਚੜ ਕੇ ਕਾਬੂ ਆ ਗਏ। ਸਰ, ਗੈਂਗਸਟਰ ਗੋਲਡੀ ਬਰਾੜ ਦਾ ਵੀ ਨਾਮ ਵਰਤਿਆ ਗਿਆ ਇਹਨਾਂ ਨੇ? ਹਾਂਜੀ, ਇਹਨਾਂ ਨੇ ਗੋਲਡੀ ਬਰਾੜ ਦਾ ਨਾਂ ਲੈ ਕੇ ਜਿਹੜਾ ਫਰੌਤੀ ਦੀ ਮੰਗ ਕੀਤੀ ਸੀਗੀ। ਇੱਕ ਤਾਂ ਸਕੂਲ ਮੋਟਰਸਾਈਕਲ ਹੈ ਜੀ, ਉਹ ਹੁਣ ਵੈਰੀਫਾਈ ਕਰਦੇ ਹਾਂ ਚੋਰੀ ਦਾ ਕਿ ਇਹਨਾਂ ਦਾ ਆਪਦਾ ਹੈਗਾ, ਔਰ ਇੱਕ ਇਹਨਾਂ ਕੋਲ ਟੋਏ ਪਿਸਟਲ ਸੀਗੀ ਜੀ। ਸਰ, ਇਸ ਤੋਂ ਇਲਾਵਾ ਮੋਬਾਈਲ ਕੋਈ ਸਿਸਟਮ? ਮੋਬਾਈਲ ਤਾਂ ਹੈਗੇ ਹੈ ਜੀ, ਜਿਹੜੇ ਇਹਨਾਂ ਕੋਲ ਜਿਹੜਾ ਜਿਹਦਾ ਨੈੱਟ ਯੂਜ਼ ਕਰਦੇ ਰਹੇ ਔਰ ਜਿਹਨਾਂ ਤੋਂ ਕਾਲਾਂ ਕਰਦੇ ਰਹੇ ਉਹ ਸਾਰੇ ਮੋਬਾਈਲ ਰਿਕਵਰ ਹੋ ਗਏ ਆ। ਬਾਕੀ ਉਹਨਾਂ ਤੋਂ ਅਸੀਂ ਇੱਦਾਂ ਦੀ ਜਿਹੜੀ ਹੈ ਇਨਵੈਸਟੀਗੇਸ਼ਨ ਰਿਮਾਂਡ ਲੈ ਕੇ ਕਰਾਂਗੇ ਵੀ ਕੀ ਹੋਰ ਕਿਸੇ ਨੂੰ ਕਾਲਾਂ ਕੀਤੀਆਂ ਇਹਨਾਂ ਨੇ ਜਾਂ ਕੁਛ ਹੋਰ। ਕਿਸ ਤਰ੍ਹਾਂ ਕਾਲ ਕਰ ਲੈਂਦੇ ਜੀ ਇਹਨਾਂ ਨੂੰ? ਕਿੱਦਾਂ ਕਰ ਲੈਂਦੇ? ਕੋਈ ਜਿਵੇਂ ਐਪਸ ਵਗੈਰਾ ਹੈਗੀਆਂ ਜੀ, ਐਪਸ ਵਗੈਰਾ ਜਾਂ ਉਹਨੂੰ ਮਾਸਕਿੰਗ ਕਰ ਲੈਂਦੇ ਆਪਣੇ ਨੰਬਰ ਨੂੰ, ਐਪ ਦੇ ਥਰੂ ਨੰਬਰ ਜਿਹੜਾ ਹੈਗਾ ਤੁਹਾਨੂੰ ਆ ਜਾਂਦਾ, ਹਰ ਵਾਰ ਜਿੰਨੀ ਵਾਰ ਕਾਲ ਕਰਦੇ ਹੋ ਤੁਹਾਨੂੰ ਨੰਬਰ ਬਦਲ ਕੇ ਆ ਜਾਂਦਾ, ਉਸ ਤੋਂ ਇਹ ਕਾਲਾਂ ਕਰਦੇ ਰਹੇ। ਕਿੰਨੀ ਫਰੌਤੀ ਮੰਗੀ ਗਈ ਇਹਨਾਂ ਨੂੰ? ਇਹਨਾਂ ਨੇ 30 ਲੱਖ ਰੁਪਇਆ ਮੰਗੀ ਸੀ, ਔਰ ਫਿਰ ਉਹ ਕਰਦੇ ਕਰਦੇ 20 ਲੱਖ 15 ਲੱਖ ਤੋਂ ਅਲਟੀਮੇਟਲੀ ਇਹਨਾਂ ਦਾ 3 ਲੱਖ ਰੁਪਏ 'ਚ ਗੱਲ ਮੁੱਕੀ ਸੀ, ਔਰ ਇਹ ਤਿੰਨਾਂ ਨੇ ਇਹ ਫੈਸਲਾ ਕੀਤਾ ਸੀ, ਪੰਕਜ ਨੇ ਉਹਨਾਂ ਨੂੰ ਕਿਹਾ ਸੀ ਵੀ ਆਪਾਂ 3 ਲੱਖ ਰੁਪਈਆ ਮੰਗ ਲਾਂਗੇ। ਅਗਲੀ ਕਾਰਵਾਈ ਸਰ ਕੀ ਕੀਤੀ ਜਾ ਰਹੀ ਹੈ? ਬਸ ਇਹਨਾਂ ਦੀ ਹੁਣ ਜਿਹੜੀ ਅਸੀਂ ਇਹੀ ਦੇਖ ਰਹੇ ਵੀ ਫੋਨ 'ਚ ਕੋਈ ਹੋਰ ਇਹਨਾਂ ਦਾ ਡਾਟਾ ਵਗੈਰਾ ਉਹਨਾਂ ਦੀ ਫੋਰੈਂਸਿਕ ਕਰਾ ਕੇ ਵੀ ਕੁਛ ਹੋਰ ਕਿਸੇ ਨੂੰ ਕਾਲਾਂ ਕੀਤੀਆਂ ਜਾਂ ਇਹਨਾਂ ਦੀ ਪੁੱਛਗਿੱਛ ਕਰ ਰਹੇ। ਸਰ, ਹੋਰ ਇਹਨਾਂ ਦੇ ਮਾਮਲੇ ਵੀ ਪਹਿਲਾਂ ਕੋਈ ਦਰਜ ਕਿਹਾ? ਪਹਿਲੇ ਨਹੀਂ ਹੈ, ਪਹਿਲੇ ਨਹੀਂ ਕੋਈ ਦਰਜ ਹੈ।